देश भर से पोलियो नामक बीमारी को जड़ से ख़त्म करने के मकसद से 3, 4 और 5 मार्च को पल्स पोलियो अभियान चलाया जाएगा। ज़्यादा जानकारी देते हुए सिविल सर्जन डॉक्टर अदिति सलारिया ने बताया कि 3 मार्च को बूथों पर पोलियो की दवा पिलाई जाएगी, जबकि 4 और 5 मार्च को घर घर जाकर पोलियो की बूंदें 0 से लेकर 5 साल तक के बच्चों को पिलाई जाएंगी। नमस्कार, मैं डॉक्टर अदिति सलारिया, सिविल सर्जन पठानकोट। मैं समूह पठानकोट वासियां नूं दसना चाह रही हाँ कि तीन मार्च, चार मार्च और पाँच मार्च नूं नैशनल इम्यूनाइजेशन डे, पल्स पोलियो नैशनल इम्यूनाइजेशन डे जिहड़ा है वह मनाया जा रहा है। ये जिहड़ा भारत है वो पोलियो तो मुक्त हो गया, क्योंकि ਜਿਹੜੇ ਲਾਗਲੇ ਸਾਡੇ ਬਾਰਡਰ ਕੰਟਰੀਜ਼ ਹੈਗੇ ਨੇ ਅਫਗਾਨਿਸਤਾਨ, ਪਾਕਿਸਤਾਨ, ਉਹਨਾਂ ਵਿੱਚ ਕੁਛ ਕੇਸਿਸ ਪਾਏ ਜਾ ਰਹੇ ਨੇ, ਉਹਦੇ ਕਰਕੇ ਬਾਰਡਰ ਕੰਟਰੀ ਹੋਣ ਦੇ ਨਾਤੇ ਅਸੀਂ ਜਿਹੜੀ ਹੈ ਪੂਰੀ ਜਿਹੜੀ ਪਲਸ ਪੋਲੀਓ ਜਿਹੜਾ ਹੈ ਮੁਹਿੰਮ ਨੂੰ ਚਲਾ ਰਹੇ ਹਾਂ। ਉਹ ਇਹ ਤਿੰਨ ਚਾਰ ਪੰਜ ਮਾਰਚ ਨੂੰ ਇਹਦੇ ਵਿੱਚ ਡਿਊਟੀਜ਼ ਲਗਾਈਆਂ ਨੇ, ਜਿਹਦੇ ਵਿੱਚ ਸਾਡੇ ਪ੍ਰੋਗਰਾਮ ਆਫਿਸਰਸ, SMOs, ਮੈਡੀਕਲ ਆਫਿਸਰਸ, ਇਹ ਸਾਰੇ ਇਹਨੂੰ ਮੋਨੀਟਰ ਕਰਨਗੇ। ਇਸ ਤੋਂ ਇਲਾਵਾ 987 ਟੀਮਾਂ ਅਸੀਂ ਜ਼ਿਲ੍ਹੇ ਵਿੱਚ ਬਣਾਈਆਂ, ਜਿਹੜੀ ਕਿ ਟੋਟਲ 67,861 ਬੱਚੇ 0 to 5 years ਨੂੰ ਵੈਕਸੀਨੇਟ ਕਰਨਗੇ। ਇਹਦੇ ਵਿੱਚ ਜਿਹੜਾ ਸੰਡੇ ਵਾਲਾ ਦਿਨ ਹੈ 3 ਮਾਰਚ ਨੂੰ ਬੂਥ ਐਕਟੀਵਿਟੀ ਹੋਏਗੀ, ਔਰ 4 ਔਰ 5 ਤਰੀਕ ਨੂੰ ਡੋਰ ਟੂ ਡੋਰ ਐਕਟੀਵਿਟੀ, ਜਿਹੜੇ ਬੱਚੇ ਰਹਿ ਜਾਂਦੇ ਨੇ ਉਹਨਾਂ ਨੂੰ ਅਸੀਂ ਵੈਕਸੀਨੇਟ ਕਰਨਾ ਹੈ। ਪਲਸ ਪੋਲੀਓ ਦੀਆਂ ਦੋ ਬੂੰਦ ਪਿਲਾਉਣੀਆਂ ਨੇ। ਇਸ ਦੌਰਾਨ ਜਿਹੜੇ ਦੂਸਰੇ ਡਿਪਾਰਟਮੈਂਟਸ ਨੇ, ਜਿਸ ਤਰ੍ਹਾਂ ਟਰਾਂਸਪੋਰਟ ਹੈ ਔਰ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਹੈ, ਇਹਨਾਂ ਸਾਰਿਆਂ ਦੀ ਸਾਨੂੰ ਬਹੁਤ ਸਹਿਯੋਗ ਰਹਿੰਦਾ ਹੈ। ਇਹਦੇ ਵਿੱਚ ਬੱਸਾਂ ਜਿਹੜੀਆਂ ਰੁਕ ਜਾਂਦੀਆਂ ਨੇ, ਜਿਹੜੇ ਅਸੀਂ ਸੁਪਰਵਿਜ਼ਨ ਵਾਸਤੇ ਜਾਂ ਟੀਮਸ ਲਗਾਈਆਂ ਨੇ, ਬੱਸਾਂ ਰੁਕ ਕੇ ਵੀ ਬੱਚਿਆਂ ਨੂੰ ਦਵਾਈਆਂ ਪਿਲਾਉਂਦੇ ਨੇ, ਔਰ ਆਂਗਨਵਾੜੀ ਵਰਕਰਸ ਇਹਦੇ ਵਿੱਚ ਸਾਨੂੰ ਸਹਿਯੋਗ ਦਿੰਦੇ ਨੇ। ਨਰਸਿੰਗ ਜਿੰਨੇ ਕਾਲਜਿਸ ਹੈ ਉਹਨਾਂ ਦੇ ਨਰਸਿੰਗ ਸਟੂਡੈਂਟਸ ਜਿਹੜੇ ਨੇ ਉਹ ਇਹਦੇ ਵਿੱਚ ਡੋਰ ਟੂ ਡੋਰ ਐਕਟੀਵਿਟੀ 'ਚ ਔਰ ਬੂਥ ਐਕਟੀਵਿਟੀ 'ਚ ਪਾਰਟੀਸਪੇਟ ਕਰਦੇ ਆ। ਸੋ ਮੇਰੀ ਸਾਰੇ ਜ਼ਿਲ੍ਹਾ ਵਾਸੀਆਂ ਅੱਗੇ ਇਹ ਮੇਰੀ ਇੱਕ ਗੁਜ਼ਾਰਿਸ਼ ਹੈ ਔਰ ਅਪੀਲ ਹੈ ਕਿ 0 to 5 ਸਾਲ ਦਾ ਕੋਈ ਵੀ ਬੱਚਾ ਜਿਹੜਾ ਹੈ ਉਹ ਵਾਂਝਾ ਨਾ ਰਹਿ ਜਾਏ। ਤੁਸੀਂ ਬੂਥ ਐਕਟੀਵਿਟੀ ਜਿਹੜੀ ਹੈ, ਸਾਡੇ ਜਿੰਨੇ ਬੂਥ ਨੇ ਟੋਟਲ 987 ਜਿਹੜੇ ਬੂਥ ਨੇ ਉਹਨਾਂ 'ਚ ਆ ਕੇ ਜਿਹੜੇ ਕਿ ਜਗ੍ਹਾ ਜਗ੍ਹਾ 'ਤੇ ਲਗਾਏ ਗਏ ਨੇ, ਉੱਥੇ ਆ ਕੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ, ਔਰ ਜੇ ਕੋਈ ਰਹਿ ਗਿਆ ਹੈ ਤਾਂ ਡੋਰ ਟੂ ਡੋਰ ਐਕਟੀਵਿਟੀ ਦੇ ਵਿੱਚ ਉਹ ਬੱਚਿਆਂ ਨੂੰ ਆਪਣਾ ਕਵਰ ਕਰਨ। ਤਾਂ ਹੀ ਉਹ ਕਹਿੰਦੇ ਜਿਸ ਤਰ੍ਹਾਂ ਇੱਕ ਸਲੋਗਨ ਹੈ ਕਿ ਪੁਕਾਰੇ ਬਾਲ ਆਤਮਾ, ਪੋਲੀਓ ਦਾ ਖਾਤਮਾ, ਤਾਂ ਕਿ ਜਿਹੜਾ ਸਾਡਾ ਕੋਈ ਵੀ ਬੱਚਾ ਜਿਹੜਾ ਹੈ ਇਸ ਬਿਮਾਰੀ ਤੋਂ ਸਫ਼ਰ ਨਾ ਕਰੇ। ਥੈਂਕ ਯੂ ਸੋ ਮਚ। ਨਮਸਕਾਰ। ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗ ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ ਆਓ, ਇਲਾਜ ਕਰਾਓ। ਸਲਾਰੀਆ ਤੁਹਾਡਾ ਭਰਾ ਤੁਹਾਡੇ ਦੁੱਖ ਸੁੱਖ ਚ ਹਾਜ਼ਰ ਹੈ। ਧੰਨਵਾਦ।